लुधियाना के हैबोवाल में स्थित माँ काली का मंदिर। ये मंदिर काफी पुराना है। यहाँ भगत काफी दूर दूर से आते हैं और भक्तों का मानना है कि जो भी यहाँ सच्चे मन से मांगते हैं, माँ उनकी मुरादें पूरी करती हैं। हर शनिवार इतनी ज्यादा भीड़ होती है कि पांव धरने को भी जगह नहीं होती। लोगों की आस्था माँ काली के मंदिर से गहरी जुड़ी हुई है। आइए जानते हैं माँ काली के मंदिर का इतिहास। जय माता दी, जय जयकारा जोगी गिरीशा जी दा, कालका माई की। ये अपना मंदिर दी तैनू सारा हिस्ट्री दस दे। 1960 च बाबा जी इत्थे अघूड़ी पक्कर जी आए सीगे ते इन्हां ने इत्थे इन्हां दा तपू स्थान इन्हां दा हैगा वा। ਇਹਨਾਂ ਨੇ ਇੱਥੇ ਆ ਕੇ ਤਪੱਸਿਆ ਕੀਤੀ ਸੀ, ਮਾਂ ਮਾਈ ਦੀ ਸਿੱਧੀ ਕੀਤੀ ਸੀ ਇਹਨਾਂ ਨੇ। ਆਉਂਦੇ ਜੇ ਇੱਥੇ ਮਾਂ ਮਾਈ ਦਾ ਜਿਹੜਾ ਹੈਗਾ ਵਾ ਆਪਣਾ ਸ਼ੋਕੇਸ਼ ਹੈਗਾ ਵਾ, ਇਹਨਾਂ 'ਚੋਂ ਮਾਂ ਮਾਈ ਦਾ ਪ੍ਰਗਟ ਹੋ ਕੇ ਇਹਨਾਂ ਨਾਲ ਗੱਲਬਾਤ ਹੁੰਦੀ ਹੁੰਦੀ ਸੀਗੀ। ਆਉਂਦੇ ਵੀ ਜਿੱਦਾਂ ਆਪਾਂ ਆਪਣੀ ਮਾਤਾ ਨਾਲ ਦਿਹਾੜੀ 'ਚ ਗੱਲਬਾਤ ਕਰਦੇ ਹਾਂ ਵੀ ਇੱਦਾਂ ਇਹਨਾਂ ਦੀ ਗੱਲਬਾਤ ਹੁੰਦੀ ਹੁੰਦੀ ਸੀ ਮਾਂ ਮਾਈ ਦੀ। ਆਉਂਦੇ ਜਿਹੜਾ ਵੀ ਪੰਜ ਸ਼ਨੀਵਾਰ ਮਾਂ ਮਾਈ ਦੇ ਨਾਰੀਅਲ ਲਿਆ ਕੇ ਚੜਾਵੇ, ਉਹਨਾਂ ਦੀ ਮਨੋਕਾਮਨਾ ਸਾਰੀ ਤਰ੍ਹਾਂ ਦੀ ਪੂਰੀ ਹੁੰਦੀ ਹੈ। ਜੋ ਵੀ ਉਹਨਾਂ ਦੀ ਮਨੋਕਾਮਨਾ ਵਾ, ਸਭ ਇੱਛਾ ਸਭ ਉਹਨਾਂ ਦੀ ਪੂਰੀ ਹੁੰਦੀ ਹੈਗੀ ਆ। ਕਾਲਕਾ ਮਾਈ ਕੀ, ਕਾਲਕਾ ਮਾਈ ਕੀ, ਜੈਕਾਰਾ ਜੋਗੀ ਗਿਰੀਸ਼ਾ ਜੀ ਦਾ। ਇਹ ਹਮੜਾ ਰੋਡ ਛੋਟੀ ਹੈਬੋਵਾਲ ਕਾਲੀ ਮਾਤਾ ਮੰਦਿਰ ਹੈਗਾ ਜੀ। ਇਹ ਕਾਲੀ ਮਾਤਾ ਮੰਦਿਰ ਅਤੇ ਮਹਾਂ ਕਾਲੀ ਮਾਤਾ ਦਾ ਮੰਦਿਰ ਮੇਨ ਹੈਗਾ ਵਾ। ਜੇ ਜੋਗੀ ਗਿਰੀਸ਼ਾ ਗੁਰੀ ਜਿਨ੍ਹਾਂ ਨੇ ਇੱਥੇ ਤਪੱਸਿਆ ਕੀਤੀ ਸੀਗੀ ਇਹਦੇ।